ਸੂਬੇ ਭਰ ਵਿੱਚ ਜਿੱਥੇ ਰਵਾਇਤੀ ਪਾਰਟੀਆਂ ਵੱਲੋਂ ਆਪਣੇ ਉਮੀਦਵਾਰ ਖੜੇ ਕਰਕੇ ਉਹਨਾਂ ਨੂੰ ਉੱਪਰ ਚੁੱਕਿਆ ਜਾ ਰਿਹਾ, ਉੱਥੇ ਦੂਜੇ ਪਾਸੇ ਪਿੰਡ ਥੂਹੀ ਵਿਖੇ ਪੰਜਾਬ ਦੇ ਸਭ ਤੋਂ ਘੱਟ ਉਮਰ 22 ਸਾਲਾਂ ਦੀ ਆਜ਼ਾਦ ਉਮੀਦਵਾਰ ਕੁਲਵਿੰਦਰ ਕੌਰ ਚੋਣ ਮੈਦਾਨ ਵਿੱਚ ਸਭ ਲਈ ਖਿੱਚ ਦਾ ਕੇਂਦਰ ਬਣੀ ਹੋਈ ਹੈ ਅਤੇ ਬੂਥ ਤੇ ਵੀ ਲੜਕੀਆਂ ਦੀ ਪੋਲਿੰਗ ਏਜੰਟ ਹਨ ਅਤੇ ਉਹਨਾਂ ਨੂੰ ਉਮੀਦ ਹੈ ਕਿ 70 ਸਾਲਾਂ ਵਿੱਚ ਕਿਸੇ ਵੀ ਪਾਰਟੀ ਨੇ ਪਿੰਡ ਦਾ ਵਿਕਾਸ ਨਹੀਂ ਕਰਵਾਇਆ ਤਾਂ ਹੀ ਉਹ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜ ਰਹੀ ਹੈ। ਸਰ, ਬਲਾਕ ਸੰਮਤੀ ਦੇ ਵਿੱਚ ਖੜਨ ਦਾ ਮੇਨ ਇੱਕ ਤਾਂ ਮੇਨ ਮੁੱਦਾ ਵੀ ਅਸੀਂ ਪਿੰਡਾਂ ਲਈ ਪਿੰਡ ਬਚਾਉਣੇ ਆ, ਮੇਨ ਸਾਡਾ ਵੀ ਪਾਰਟੀਬਾਜ਼ੀ ਖਤਮ ਕਰਨੀ ਹੈ ਪਿੰਡਾਂ ਦੇ ਵਿੱਚੋਂ। ਮੇਨ ਮੁੱਦਾ ਇਹ ਆ ਵੀ ਅਸੀਂ ਨੇ ਮਤਲਬ ਕਿ ਗੱਲ ਕੀਤੀ ਸੀ ਸਾਰੀਆਂ ਪਾਰਟੀਆਂ ਨਾਲ ਵੀ ਤੁਸੀਂ ਇੱਕ ਬੰਦਾ ਖੜਾ ਕਰੋ, ਆਪਾਂ ਨੇ ਪਿੰਡ ਬਚਾਉਣੇ ਆ, ਸਾਂਝਾ ਬੰਦਾ ਖੜਾ ਕਰੋ, ਕਿਸੇ ਵੀ ਪਾਰਟੀ ਦਾ ਨਾ ਹੋਵੇ, ਪਿੰਡਾਂ ਦੇ ਵਿੱਚ ਇੱਕ ਬੰਦਾ ਇਲੈਕਸ਼ਨ ਲੜੇ ਆਪਾਂ ਸਰਬਸੰਮਤੀ ਕਰਦੇ ਹਾਂ। ਪਰ ਮਤਲਬ ਇਹਦੇ ਲਈ ਕੋਈ ਵੀ ਪਾਰਟੀ ਰਾਜ਼ੀ ਨਹੀਂ ਹੈਗੀ ਸੀ, ਕਿਉਂਕਿ ਕੋਈ ਵੀ ਪਾਰਟੀ ਨਹੀਂ ਚਾਹੁੰਦੀ ਵੀ ਸਾਡੀ ਪਾਰਟੀ ਮਰੇ, ਫਿਰ ਤਾਂ ਕਰਕੇ ਸਾਨੂੰ ਮੈਨੂੰ ਬਲਾਕ ਸੰਮਤੀ ਚੋਣ ਲੜਨੀ ਪਈ। ਦੂਜਾ ਕਾਰਨ ਇਹਦਾ ਇਹ ਆ, ਜਿਹੜੀਆਂ ਆਪਣੀਆਂ ਗ੍ਰਾਮ ਸਭਾਵਾਂ ਜਿਹੜੀਆਂ ਮਰੀਆਂ ਹੋਈਆਂ ਨੇਗੀਆਂ ਅੱਜ ਤੱਕ, ਜਿਹੜੀ ਕਿਸੇ ਦੇ ਪਿੰਡ ਦੇ ਵਿੱਚ ਲਾਗੂ ਨਹੀਂ ਹੋਈ ਹੈਗੀ ਪ੍ਰੋਪਰ ਤਰੀਕੇ ਨਾਲ, ਅਗਰ ਮੈਂ ਜਿੱਤਦੀ ਹਾਂਗੀ ਤਾਂ ਮਤਲਬ ਉਹਨੂੰ ਦਿਲੋਂ ਤਨੋਂ ਮਨੋ ਅਸੀਂ ਗ੍ਰਾਮ ਸਭਾਵਾਂ 6 ਪਿੰਡਾਂ ਦੇ ਵਿੱਚ ਪੂਰੀ ਮਤਲਬ ਸਿੱਧਤ ਦੇ ਨਾਲ ਉਹਨੂੰ ਲਾਗੂ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਅਤੇ ਉਹਨੂੰ ਮਤਲਬ ਸਰਪੰਚਾਂ ਨੂੰ ਨਾਲ ਲੈ ਕੇ, ਅਗਰ ਸਰਪੰਚ ਨਹੀਂ ਵੀ ਮੰਨਦੇ, ਅਗਰ ਉਹ ਕਿਸੇ ਪਾਰਟੀਬਾਜ਼ੀ ਦੇ ਪ੍ਰੈਸ਼ਰ 'ਚ ਆਉਂਦੇ ਨੇ ਉਹ ਨਹੀਂ ਮੰਨਦੇ ਇਸ ਕਰਨ ਲਈ, ਤਾਂ ਅਸੀਂ ਖੁਦ ਉਸ ਲਈ ਮਤਲਬ ਆਪਣੇ ਕਦਮ ਚੱਕਾਂਗੇ ਵੀ ਪਿੰਡ ਨੂੰ ਇਕੱਠਾ ਕੀਤਾ ਜਾਵੇ ਅਤੇ ਗ੍ਰਾਮ ਸਭਾ ਕੀਤੀ ਜਾਵੇ ਅਤੇ ਜਿਹੜੇ ਪਿੰਡ ਦੇ ਜੋ ਵੀ ਕੰਮ ਹੈ, ਚਾਹੇ 5 ਮਰਲੇ ਦੇ ਪਲਾਟ ਨੇ, ਮਨਰੇਗਾ ਦਾ ਕੰਮ ਹੈ, ਮਤਲਬ ਕਿ ਜਿਹੜੇ ਕਿਸਾਨ ਨੇ ਉਹਨਾਂ ਦਾ ਮਨਰੇਗਾ ਦੇ ਵਿੱਚ ਕੰਮ, ਉਹਨੂੰ 100 ਦਿਨ ਦਾ ਰੁਜ਼ਗਾਰ ਗਰੰਟੀ ਕੀਤਾ ਜਾਵੇ ਅਤੇ ਉਹਨਾਂ ਲਈ ਗ੍ਰਾਮ ਸਭਾ ਵਿੱਚ ਲੋਕਾਂ ਨੂੰ ਇਕੱਠਾ ਕਰਕੇ ਅਤੇ ਉਹਨਾਂ ਦਾ ਮਤਾ ਪਾਇਆ ਜਾਏਗਾ ਅਤੇ ਉਹ ਮਤਾ ਮਤਲਬ ਕਿ ਸਹੀ ਤਰੀਕੇ ਨਾਲ ਲਾਗੂ ਕੀਤਾ ਜਾਏਗਾ। ਨਾਭਾ ਤੋਂ ਬਿਠਾਉਣ ਦੀ ਰਿਪੋਰਟ, ਚੈਨਲ 2।